ਇਹ ਕੌਣ ਨੇ? ਆਈ ਡੋਨਟ ਨੋ। ਮੈਂ ਉਹੀ ਹਾਂ ਜਿਨ੍ਹਾਂ ਨੇ ਤੁਹਾਨੂੰ ਇੰਟਰਵਿਊ ਤੇ ਸੱਦਿਆ। ਗੁਰੂ ਜੀ ਕਿੱਧਰੋਂ ਆ ਜਾਂਦੇ ਨੇ? ਅਲੱਗ ਅਲੱਗ ਗਾਇਕਾਂ ਦੇ ਤੁਸੀਂ ਗਾਣੇ ਗਾਏ ਆ, ਮੈਨੂੰ ਇੱਕ ਗੱਲ ਦੱਸੋ ਕਿ ਗਾਣੇ ਤਾਂ ਤੁਸੀਂ ਬਹੁਤ ਯਾਦ ਕੀਤੇ ਆ, ਸਕੂਲ ਦੀਆਂ ਕਾਪੀਆਂ ਤੇ ਜਿਹੜੇ ਲੈਸਨ ਹੈਗੇ ਉਹ ਯਾਦ ਹੋ ਜਾਂਦੇ? ਲੱਕ ਵੀ ਨਾਲ ਹੁੰਦਾ ਨਾ, ਦੇਖ ਲਓ ਤੁਹਾਡੀ ਵੀਡੀਓ ਵਾਇਰਲ ਹੋ ਗਈ, ਨਹੀਂ ਤਾਂ ਪਹਿਲਾਂ ਵੀ ਤੁਸੀਂ ਸ਼ੋਜ਼ ਲਾਉਂਦੇ ਹੀ ਰਹੇ ਆ। ਜੀ ਮੈਂ 12-14 ਸਾਲ ਰਿਆਜ਼ ਕੀਤਾ। ਤੁਸੀਂ ਸੋਚਿਆ ਸੀਗਾ ਕਿ ਨਾਜ਼ਦੀਪ ਜਿਹਨੂੰ ਤੁਸੀਂ ਸਿਖਾ ਰਹੇ ਹੋ ਉਹ ਇੱਥੋਂ ਤੱਕ ਪਹੁੰਚ ਜਾਵੇਗੀ? ਸੋਚਿਆ ਤਾਂ ਸੀਗਾ। ਤੇਰੇ ਨਾਮ ਮੇਰੀ ਜਾਨ, ਤੇਰੇ ਨਾਮ, ਤੇਰੇ ਨਾਲ ਸੁਬਾ ਮੇਰੀ, ਤੇਰੇ ਨਾਲ ਸ਼ਾਮ। ਟੀਵੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਹੈਪਨਿੰਗ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਬੈਠ ਕੇ ਕਰਨੀ ਆ, ਕਿਉਂਕਿ ਮੈਂ ਨਾ ਥੱਕ ਗਈ ਸੀ ਇਕੱਲੀ ਬੋਲ ਬੋਲ ਕੇ। ਮੈਂ ਸੋਚਿਆ ਕਿ ਕਿਸੇ ਨੂੰ ਬੁਲਾਉਣਾ ਚਾਹੀਦਾ ਸਟੂਡੀਓ ਦੇ ਵਿੱਚ। ਅੱਜ ਦੋ ਮਹਿਮਾਨ ਹੈਗੇ ਆ ਜੀ ਸਟੂਡੀਓ ਦੇ ਵਿੱਚ। ਵੈਸੇ ਨਾ ਉਹਨਾਂ ਨੇ ਰਾਤੋਂ ਰਾਤ ਹੀ ਫੇਮ ਖੱਟ ਲਿਆ, ਕਿਉਂਕਿ ਉਹਨਾਂ ਦੀ ਆਵਾਜ਼ ਹੀ ਬਹੁਤ ਹੀ ਸੁਰੀਲੀ ਹੈਗੀ ਹੈ ਤੇ ਲੋਕਾਂ ਨੇ ਵਾਹਵਾ ਕੀਤੀ ਆ, ਤੇ ਮੈਨੂੰ ਲੱਗਦਾ ਕਿ ਚੰਗੀ ਚੀਜ਼ ਦੀ ਜਿਹੜੀ ਨਾ ਤਾਰੀਫ ਕਰਨੀ ਵੀ ਬਣਦੀ ਆ, ਤੇ ਮੈਂ ਹੁਣ ਫਿਰ ਉਹਨਾਂ ਦਾ ਨਾ ਸਵਾਗਤ ਕਰਦੀ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਇਹ ਕੌਣ ਨੇ? ਆਈ ਡੋਨਟ ਨੋ। ਮੈਂ ਉਹੀ ਹਾਂ ਜਿਨ੍ਹਾਂ ਨੇ ਤੁਹਾਨੂੰ ਇੰਟਰਵਿਊ ਤੇ ਸੱਦਿਆ। ਗੁਰੂ ਜੀ ਕਿੱਧਰੋਂ ਆ ਜਾਂਦੇ ਨੇ? ਓਹ ਤੁਸੀਂ ਮੈਨੂੰ ਸੱਚੀ ਨਹੀਂ ਪਛਾਣਿਆ? ਨਹੀਂ ਨਹੀਂ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਤੁਹਾਡੀ ਆਪਣੀ ਨਾਦੀਪ ਸੋਹਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਕਵਲ ਸੋਹਤਾ। ਮੈਨੂੰ ਤਾਂ ਇਹਨਾਂ ਨੇ ਡਰਾਈ ਦਿੱਤਾ, ਇਹਨਾਂ ਨੇ ਸੱਚੀ ਮੈਨੂੰ ਪਛਾਣਨ ਤੋਂ ਮਨਾ ਹੀ ਕਰ ਦਿੱਤਾ। ਹੋਰ ਕੀ ਹਾਲ ਚਾਲ ਆ? ਵਧੀਆ, ਤੁਸੀਂ ਸੁਣਾਓ? ਅਸੀਂ ਵੀ ਬਹੁਤ ਵਧੀਆ, ਤੁਹਾਨੂੰ ਮਿਲ ਕੇ ਤਾਂ ਹੋਰ ਵੀ ਵਧੀਆ ਹੋ ਗਏ। ਵੈਸੇ ਨਾ ਨਾਜ਼ਦੀਪ ਤੇ ਸੋਹਤਾ ਜੀ, ਮੈਨੂੰ ਇੱਕ ਗੱਲ ਦੱਸੋ, ਬੈਕ ਟੂ ਬੈਕ ਇੰਟਰਵਿਊਜ਼ ਆ ਰਹੀਆਂ ਹਨਾ ਤੁਹਾਨੂੰ, ਇੰਨੀਆਂ ਫੋਨ ਕਾਲਸ ਆ ਰਹੀਆਂ, ਕਿਵੇਂ ਉਹ ਚੀਜ਼ਾਂ ਮੈਨੇਜ ਕਰ ਰਹੇ ਹੋ ਤੁਸੀਂ ਅੱਜ? ਬੜਾ ਔਖਾ ਜੀ। ਮੈਂ ਆਪਣੇ ਪ੍ਰੋਗਰਾਮਾਂ ਵਾਸਤੇ ਆਪਣੇ ਬ੍ਰਦਰ ਨੂੰ ਰੱਖਿਆ ਸੀਗਾ, ਮੇਰੇ ਫੋਨ ਅਟੈਂਡ ਕਰੀ। ਅੱਛਾ ਅੱਛਾ। ਇਹਦੇ ਕਰਕੇ ਮੈਨੂੰ ਕਰਨੀ ਪੈ ਰਹੀ ਹੈ। ਬੜਾ ਔਖਾ ਮੈਨੇਜ ਕਰਨਾ ਜੀ। ਉਸਤਾਦ ਬਣਨਾ ਕਿਹੜਾ ਸੌਖਾ? ਬੜਾ ਔਖਾ ਜੀ। ਅੱਛਾ ਨਾਜ਼ਦੀਪ, ਫਿਰ ਗਾਣੇ ਚੁੱਕ ਕੇ ਫਾਹ ਲੈਣ ਵਾਲੀ ਗੱਲ ਨਹੀਂ, ਵੈਸੇ ਬਹੁਤ ਵਧੀਆ ਗੱਲ ਆ। ਇੰਨਾ ਮਤਲਬ ਕਿ ਹੁਨਰਮੰਦ ਜਿਹੜਾ ਤੁਹਾਡਾ ਕਹਿ ਸਕਦੇ ਆ ਕਿ ਸ਼ਾਗਿਰਦ ਹੈਗਾ ਆ, ਬਹੁਤ ਸੋਹਣਾ ਹੀ ਕੁੜੀ ਗਾਉਂਦੀ ਆ, ਤੇ ਫਿਰ ਆਪਾਂ ਇੱਥੇ ਗਾਣਾ ਵੀ ਸੁਣ ਲਈਏ। ਕੀ ਕਹਿ ਰਹੇ ਹੋ ਤੁਸੀਂ? ਚਲੋ ਨਾਜ਼ਦੀਪ, ਆਉਣ ਦੋ ਫਿਰ ਗਾਣਾ। ਕਿਹੜਾ ਸੁਨੇਹ ਸਿੰਘੇ ਦਾ ਸੁਣਾ ਦਈਏ? ਜ਼ਰੂਰ। ਜਿੰਨੀ ਸਾਹਾਂ ਦਿਲੀ ਮਟ ਮੇਰੀ ਰਹਿੰਦੀ ਐ, ਹਰ ਸਾਹ ਨਾਲ ਚੇਤਾ ਤੇਰਾ ਆਊਗਾ। ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ, ਮੈਨੂੰ ਲੱਗ ਪਿਆਰ ਮੇਰਾ ਜਾਊਗਾ। ਹੋ ਸੁਣ ਮਾਨਪੁਰ ਵਾਲੀਏ, ਸਿੰਘਾ ਤੇਰਾ ਫੈਨਾ, ਕੱਢ ਤੇ ਡੱਬਿਆਂ ਨਾ ਭਰ ਦੇਣੀ ਵੈਣਾ, ਤੇਰੇ ਮੇਰੇ ਵਿਆਹ ਦਾ ਸੱਦਾ ਦੇਣਾ ਚਾਰੇ ਪਾਸੇ। ਹਾਂ ਤੇਰੇ ਮੇਰੇ ਵਿਆਹ ਦਾ ਸੱਦਾ ਦੇਣਾ ਚਾਰੇ ਪਾਸੇ, ਪਹਿਲਾਂ ਕਾਰਡ ਤੇਰੇ ਘਰੇ ਮੈਂ ਫੜਾਉਂਗਾ। ਹੋਰ ਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ, ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ। ਵਾਹ ਵਾਹ, ਹੁਣ ਤਾਂ ਤੁਹਾਨੂੰ ਪਿਆਰ ਹੀ ਬਹੁਤ ਮਿਲ ਰਿਹਾ ਇਹਨਾਂ ਹੀ ਗਾਣਿਆਂ ਦੇ ਕਰਕੇ, ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋਈ ਆ। ਤੁਸੀਂ ਸੋਚਿਆ ਸੀਗਾ ਕਿ ਤੁਹਾਡੀ ਇਦਾਂ ਵੀਡੀਓ ਵਾਇਰਲ ਹੋ ਜੂਗੀ? ਨਹੀਂ ਜੀ, ਦੇਖੋ ਇੱਕ ਟਾਈਮ ਹੁੰਦਾ ਕਿ ਮਾਲਕ ਬੜਾ ਬੇਅੰਤ ਹੈ ਜਿਹਨੂੰ ਕਹਿ ਸਕਦੇ ਆ, ਵੀ ਮਿਹਨਤ ਜਿਹੜਾ ਕਰਦਾ ਨਾ ਬੰਦਾ। ਇੱਕ ਉਸਤਾਦ ਜੀ ਇੱਕ ਸ਼ੇਰ ਬੋਲਦੇ ਹੁੰਦੇ ਸੀਗੇ, ਪੱਥਰ ਨਹੀਂ ਸੁਣਤਾ ਫਰਿਆਦ ਕਿਸੀ ਕੀ, ਪੱਥਰ ਨਹੀਂ ਸੁਣਤਾ ਫਰਿਆਦ ਕਿਸੀ ਕੀ, ਮਿਹਨਤ ਨਹੀਂ ਜਾਂਦੀ ਬੇਕਾਰ ਕਿਸੇ ਕੀ। ਵਾਹ ਵਾਹ ਵਾਹ, ਬਿਲਕੁਲ ਇਹ ਤਾਂ ਸੱਚੀ ਗੱਲ ਹੈਗੀ ਹੈ। ਮਿਹਨਤ ਅੱਗੇ ਲੈ ਕੇ ਆ ਜਾਂਦੀ, ਕੋਈ ਵੀ ਇਨਸਾਨ ਆ ਮਿਹਨਤ ਦੇ ਨਾਲ ਹੀ ਬਣਿਆ ਤੇ ਬਣਨਗੇ। ਬਿਲਕੁਲ, ਤੇ ਨਾਜ਼ਦੀਪ ਦੀ ਉਹ ਜਿਹੜੀ ਵੀਡੀਓ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਹਨਾ, ਉਹ ਕਿਸੇ ਮੇਲੇ ਦੀ ਹੈਗੀ ਆ, ਉੱਥੇ ਬੈਠੇ ਗਾਉਂਦੇ ਪਏ ਆ, ਤੇ ਅਲੱਗ ਅਲੱਗ ਗਾਇਕਾਂ ਦੇ ਤੁਸੀਂ ਗਾਣੇ ਗਾਏ ਆ, ਮੈਨੂੰ ਇੱਕ ਗੱਲ ਦੱਸੋ ਕਿ ਗਾਣੇ ਤਾਂ ਤੁਸੀਂ ਬਹੁਤ ਯਾਦ ਕੀਤੇ ਆ, ਸਕੂਲ ਦੀਆਂ ਕਾਪੀਆਂ ਤੇ ਜਿਹੜੇ ਲੈਸਨ ਹੈਗੇ ਉਹ ਯਾਦ ਹੋ ਜਾਂਦੇ? ਔਖਾ ਹੀ, ਹੁਣ ਤਾਂ ਵੈਸੇ ਕੰਮ ਸੌਖਾ ਹੋ ਗਿਆ, ਹੁਣ ਤਾਂ ਟੀਚਰਸ ਕਹਿੰਦੇ ਹੋਣੇ ਆ ਨਾਜ਼ਦੀਪ ਤੂੰ ਗਾਣਾ ਹੀ ਸੁਣਾ ਦੇ, ਤੈਨੂੰ ਆਪਾਂ ਪਾਸ ਕਰ ਦੇਣਾ। ਵੈਸੇ ਟੀਚਰਸ ਦਾ ਰਿਸਪੌਂਸ ਕਿੱਦਾਂ ਦਾ ਆ ਰਿਹਾ ਆ? ਹੁਣ ਤਾਂ ਵੈਸੇ ਤਾਰੀਫਾਂ ਕਰਦੇ ਹੋਣੇ ਆ ਕਿ ਨਹੀਂ? ਹਾਂਜੀ। ਪਹਿਲਾਂ ਕਿੱਦਾਂ ਸੀ? ਪਹਿਲਾਂ ਤੇ ਮਾਰਦੇ ਸੀ, ਹੁਣ ਕੋਈ ਨਹੀਂ, ਨਾਲ ਅੱਜ ਮੈਨੂੰ ਪੇਪਰ ਵੀ ਕਰਵਾਤਾ ਉਹਨਾਂ ਨੇ ਸੁਖਵਾ, ਇਹ ਤਾਂ ਫਾਇਦਾ ਹੋ ਗਿਆ ਨਾ ਫਿਰ। ਬਿਲਕੁਲ ਬਿਲਕੁਲ। ਤੇ ਉਹਨਾਂ ਨੇ ਕਹਿਣੀ ਸੀ ਸਾਡੇ ਨਾਲ ਵੀ ਇੱਕ ਵੀਡੀਓ ਪਾ ਦੇ। ਨਹੀਂ ਨਹੀਂ,
ਉਹਨੇ ਕਿਤੇ ਇੱਦਾਂ ਦਾ ਨਹੀਂ ਕਿਹਾ ਕਿ ਪੇਪਰ 'ਚ ਤੂੰ ਨਾ ਨਾਜ਼ ਗਾਣਾ ਸੁਣਾ ਦੇ ਆਪਾਂ ਤੈਨੂੰ ਨੌਕਰੀ ਪਾਸ ਕਰ ਦਾਂਗੇ? ਨਹੀਂ। ਅੱਛਾ ਨਾਜ਼ਦੀਪ, ਵੈਸੇ ਕਿਹੜਾ ਕਲਾਕਾਰ ਤੁਹਾਨੂੰ ਬਹੁਤ ਵਧੀਆ ਲੱਗਦਾ, ਕਿਹਨੂੰ ਸੁਣਨਾ ਤੁਸੀਂ ਪਸੰਦ ਕਰਦੇ ਹੋ? ਖਾਨ ਸਾਹਿਬ ਜੀ ਨੂੰ। ਖਾਨ ਸਾਹਿਬ ਜੀ ਨੂੰ ਤੇ ਉਹਨਾਂ ਦੇ ਨਾਲ ਤੁਹਾਨੂੰ ਗਾਉਣ ਦਾ ਮੌਕਾ ਮਿਲ ਗਿਆ, ਉਹੀ ਤੁਹਾਨੂੰ ਇੰਡਸਟਰੀ ਦੇ ਵਿੱਚ ਮਤਲਬ ਕਿ ਲਾਂਚ ਕਰ ਰਹੇ ਆ, ਤੇ ਜਦੋਂ ਤੁਸੀਂ ਉਹਨਾਂ ਨੂੰ ਪਹਿਲੀ ਵਾਰੀ ਮਿਲੇ, ਤੁਸੀਂ ਮਤਲਬ ਕਿ ਥੋੜਾ ਨਰਵਸ ਨਹੀਂ ਹੋਏ ਕਿ ਏਡਾ ਵੱਡਾ ਕਲਾਕਾਰ ਆ, ਹਨਾ, ਕਿਵੇਂ ਦਾ ਉਹਨਾਂ ਦਾ ਨੇਚਰ ਹੋਊਗਾ, ਕਿੱਦਾਂ ਦਾ ਐਕਸਪੀਰੀਅੰਸ ਸੀਗਾ, ਉਹ ਥੋੜਾ ਜਿਹਾ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੈਨੂੰ ਪਹਿਲਾਂ ਲੱਗਾ ਉਹ ਮੁੜਕੇ ਥੋੜਾ ਮਜ਼ਾਕੀ ਸੀ, ਮੁੜਕੇ ਆਪਾਂ ਖੇਡਣ ਦਾ ਪਏ, ਉਹਨਾਂ ਨੇ ਕੁਛ ਨਹੀਂ ਕਿਹਾ, ਵੈਸੇ ਤਾਂ ਬਹੁਤ ਮਜ਼ਾਕ ਕਰਦੇ ਨੇ ਸਾਰਿਆਂ ਨਾਲ, ਪਰ ਮੈਂ ਡਰੀ ਨਹੀਂ ਉਸ ਤੋਂ ਬਾਅਦ। ਡਰੇ ਨਹੀਂ ਹਨਾ, ਤੇ ਫਿਰ ਇੱਕ ਗਾਣਾ ਹੀ ਸੁਣ ਲੈਂਦੇ ਫਿਰ ਖਾਨ ਸਾਹਿਬ ਹੋਰਾਂ ਦਾ ਹੀ। ਚਲੋ ਸੁਣਾਉਂਦੇ ਜੀ। ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ, ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ, ਗੱਲ ਮੇਰੀ ਕਿਉਂ ਨੀ ਮੰਨਦਾ ਮਹੀ ਵੇ, ਜ਼ਿੰਦਗੀ ਐ ਤੇਰੇ ਨਾਮ, ਤੂੰ ਮੇਰਾ ਏ ਪਿਆ ਆ ਜਾਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ। ਬਹੁਤ ਹੀ ਸੋਹਣਾ ਨਾਜ਼ਦੀਪ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਕੀ ਖਾਂਦੇ ਹੋ? ਇੰਨੀ ਸੋਹਣੀ ਆਵਾਜ਼ ਹੈ ਤੁਹਾਡੀ, ਪਰਹੇਜ਼ ਪਰਹੁਜ਼ ਵੀ ਕਰਦੇ ਹੋ ਕੁਛ ਕਿ ਗਲਾ ਹੀ ਨਾ ਖਰਾਬ ਹੋ ਜਾਵੇ? ਨਹੀਂ ਕਰਦੇ, ਸਾਰਾ ਕੁਛ ਆਉਂਦਾ। ਅੱਛਾ ਤੇ ਫੈਮਿਲੀ ਦਾ ਕੀ ਰਿਸਪੋਂਸ ਹੈਗਾ? ਫੈਮਿਲੀ ਦੀ ਇਹ ਚੋਇਸ ਸੀਗੀ ਕਿ ਤੁਸੀਂ ਸਿੰਗਰ ਬਣੋ ਜਾਂ ਤੁਹਾਡੀ ਖੁਦ ਦੀ ਮਤਲਬ ਕਿ ਇਹ ਖੁਆਇਸ਼ ਸੀਗੀ? ਮੇਰੀ ਖੁਦ ਦੀ ਖੁਆਇਸ਼। ਤੇ ਹੁਣ ਫੈਮਿਲੀ ਦਾ ਮਤਲਬ ਕਿ ਸਪੋਰਟ ਹੈਗਾ ਆ ਕਿ ਤੁਸੀਂ? ਹੈਗਾ। ਥੋੜ੍ਹਾ ਦੱਸੋ ਫਿਰ ਉਹ ਕੀ ਕਹਿੰਦੇ ਜਦੋਂ ਤੁਹਾਡੀਆਂ ਵੀਡੀਓਜ਼ ਬਹੁਤ ਵਾਇਰਲ ਹੋਈਆਂ, ਬੈਕ ਟੂ ਬੈਕ ਕਾਲ ਆ ਰਹੀਆਂ ਤੁਹਾਨੂੰ ਕਿ ਇੰਟਰਵਿਊਜ਼ ਦੇ ਲਈ ਸਾਡੇ ਕੋਲ ਆਓ, ਕੀ ਕਹਿੰਦੀ ਫੈਮਿਲੀ? ਬਹੁਤ ਖੁਸ਼ ਨੇ। ਤੇ ਮੈਨੂੰ ਕਹਿੰਦੇ ਨਹੀਂ ਸੀ ਵੀ ਅਸੀਂ ਕਦੀ ਨਹੀਂ ਸੋਚਿਆ ਕਿ ਤੂੰ ਇਸ ਮੁਕਾਮ ਤੇ ਪਹੁੰਚੇਗੀ, ਇਹ ਮੈਨੂੰ ਮੁਕਾਮ ਤੇ ਪਹੁੰਚਾਉਣ ਵਾਲੇ ਸਿਰਫ ਮੇਰੇ ਗੁਰੂ ਜੀ ਨੇ, ਇਹਨਾਂ ਨੇ ਮੈਨੂੰ ਸਿਖਾਇਆ, ਇੰਨੀ ਮਿਹਨਤ ਕੀਤੀ, ਅੱਜ ਉਹਨਾਂ ਦੀ ਮਿਹਨਤ ਸਫਲ ਹੋ ਗਈ ਹੈ ਤੇ ਮੈਂ ਵੀ ਬਹੁਤ ਖੁਸ਼ ਹਾਂ। ਬਿਲਕੁਲ, ਮੇਰੀ ਮਿਹਨਤ ਵੀ ਸਫਲ ਹੋ ਗਈ। ਬਿਲਕੁਲ ਬਿਲਕੁਲ, ਕਿਉਂਕਿ ਮੈਂ ਵੀ ਇੰਨੀ ਮਿਹਨਤ ਕੀਤੀ, ਮੇਰੀ ਮਿਹਨਤ ਵੀ ਸਫਲ ਹੋਣੀ ਚਾਹੀਦੀ। ਬਿਲਕੁਲ ਬਿਲਕੁਲ, ਤੇ ਅੱਛਾ ਬਿਲਕੁਲ, ਉਹ ਤਾਂ ਹੈ ਮਿਹਨਤ ਮਤਲਬ ਕਿ ਜਦੋਂ ਨਾ ਬਹੁਤ ਜ਼ਿਆਦਾ ਬੰਦਾ ਕਰਦਾ, ਇੱਕ ਨਾ ਇੱਕ ਦਿਨ ਉਹਨੂੰ ਫਲ ਜ਼ਰੂਰ ਮਿਲ ਜਾਂਦਾ, ਬਸ ਨਾ ਪੇਸ਼ੈਂਸ ਹੋਣੇ ਚਾਹੀਦੇ, ਸਬਰ ਹੋਣਾ ਚਾਹੀਦਾ। ਅੱਛਾ ਕਵਲ ਜੀ, ਇਹ ਦੱਸੋ ਕਿ ਤੁਸੀਂ ਸੋਚਿਆ ਸੀਗਾ ਕਿ ਨਾਜ਼ਦੀਪ ਜਿਹਨੂੰ ਤੁਸੀਂ ਸਿਖਾ ਰਹੇ ਹੋ ਉਹ ਇੱਥੋਂ ਤੱਕ ਪਹੁੰਚ ਜਾਵੇਗੀ? ਸੋਚਿਆ ਤਾਂ ਸੀਗਾ, ਪਰ ਕਈ ਵਾਰੀ ਆਪਣੇ ਸੁਪਨੇ ਜਿਹੜੇ ਦੱਬੇ ਰਹਿ ਜਾਂਦੇ ਨੇ। ਬਿਲਕੁਲ, ਹਾਂਜੀ। ਆਪਾਂ ਅੱਜ ਤੋਂ ਜਦੋਂ ਸਾਡਾ ਮੇਲਾ, ਲਾਸਟ ਮੇਲਾ ਜਿਹੜਾ ਵਾਇਰਲ ਹੋਇਆ, ਹਾਂਜੀ, ਉਸ ਤੋਂ ਪਹਿਲਾਂ ਅਸੀਂ ਰਿਆਜ਼ ਕਰਦੇ ਹਾਂ ਇਕੱਠੇ, 5-6 ਵਜੇ ਸ਼ਾਮ ਨੂੰ ਬੈਠਦੇ ਹਾਂ, ਰਾਤ ਦੇ 10-11-12 ਟਾਈਮ ਟੇਬਲ ਕੋਈ ਨਹੀਂ, 12 ਵਜੇ 2 ਵਜੇ 1 ਵਜੇ ਜਦੋਂ ਦਿਲ ਕਰਨਾ ਉਦੋਂ ਉੱਠਣਾ। ਓਕੇ, ਸੈਪਰੇਟ ਬਣਾਇਆ ਰੂਮ ਆਪਣਾ ਅਤੇ ਕੋਈ ਇੰਟਰਫੇਅਰ ਨਹੀਂ ਕਰਦਾ ਸਾਡੇ ਕੰਮ 'ਚ, ਅਤੇ ਉਦੋਂ ਹੀ ਉੱਠਣਾ ਜਦੋਂ ਦਿਲ ਕਰੇ, ਅਤੇ ਬੱਚਾ ਵੀ ਸਾਡੇ ਨਾਲ ਹੀ ਰਹਿੰਦਾ ਉਹਨਾਂ ਟਾਈਮ, ਅਤੇ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਵੀ ਬਹੁਤ ਵਧੀਆ ਇਨਸਾਨ ਨੇ ਜਿਨ੍ਹਾਂ ਨੂੰ ਸਾਡੇ 'ਤੇ ਯਕੀਨ ਹੈ। ਬਿਲਕੁਲ, ਅਤੇ ਸੋਚਿਆ ਤਾਂ ਸੀਗਾ ਬੜਾ ਕੁਝ, ਪਰ ਉਹ ਸੋਚ ਕਈ ਵਾਰੀ ਨੱਪੀ ਰਹਿ ਜਾਂਦੀ, ਪਰ ਅੱਜ ਪੂਰੀ ਹੋ ਗਈ ਚੀਜ਼। ਲੱਕ ਵੀ ਨਾਲ ਹੁੰਦਾ ਨਾ, ਦੇਖ ਲਓ ਤੁਹਾਡੀ ਵੀਡੀਓ ਵਾਇਰਲ ਹੋ ਗਈ, ਨਹੀਂ ਤਾਂ ਪਹਿਲਾਂ ਵੀ ਤੁਸੀਂ ਸ਼ੋਜ਼ ਲਾਉਂਦੇ ਹੀ ਰਹੇ ਆ। ਜੀ, ਮੈਂ 12-14 ਸਾਲ ਰਿਆਜ਼ ਕੀਤਾ, ਮੈਂ 2005 ਦੇ ਵਿੱਚ ਉਸਤਾਦ ਪੂਰਨ ਚੰਦ ਵਡਾਲੀ ਸਾਹਿਬ ਦੇ ਕੋਲ ਸ਼ਾਗਿਰਦ ਪਿਆ ਸੀਗਾ, ਤੇ ਮੈਂ ਉਹ ਸੋਚਦਾ ਕਿ ਮੇਰੀ ਮਿਹਨਤ ਸਫਲ ਹੋ ਗਈ ਹੈ ਕਿ ਮੇਰਾ ਬੱਚਾ ਜਾ ਕੇ ਸਟੈਂਡ ਹੋ ਗਿਆ। ਬਿਲਕੁਲ, ਮੈਨੂੰ ਉਹ ਮੁਕਾਮ ਨਹੀਂ ਇੰਨਾ ਵਧੀਆ ਮਿਲਿਆ ਕਿ ਜਿਹੜਾ ਮੇਰੇ ਬੱਚੇ ਨੂੰ ਮਿਲ ਗਿਆ। ਬਿਲਕੁਲ ਬਿਲਕੁਲ, ਮੈਨੂੰ ਇੰਨੀ ਬਹੁਤ ਖੁਸ਼ੀ ਹੈ। ਬਿਲਕੁਲ। ਅੱਛਾ, ਮੈਨੂੰ ਇਹ ਦੱਸੋ, ਜਿੱਦਾਂ ਨਾ ਆਪਾਂ ਆਫ ਏਅਰ ਗੱਲ ਕਰਦੇ ਪਏ ਸੀਗੇ ਨਾ, ਤੇ ਨਾਜ਼ਦੀਪ ਨਾ ਬਹੁਤ ਸ਼ਰਾਰਤੀ ਆ, ਮੇਰੇ ਨਾਲ ਇੰਨੀਆਂ ਗੱਲਾਂ ਕੀਤੀਆਂ, ਮੇਰੇ ਵੱਲ ਦੇਖ ਦੇਖ ਕੇ ਨਾ ਹੱਸੀ ਜਾਂਦੀ, ਮੈਨੂੰ ਕਿਹਾ ਸੀਗਾ ਕਿਤੇ ਮੈਨੂੰ ਇੰਟਰਵਿਊ ਦੇ ਵਿੱਚ ਹਸਾ ਨਾ ਦੇਈ, ਤੇ ਮੈਨੂੰ ਕਹਿੰਦੀ ਕੌਣ ਹੋ ਤੁਸੀਂ, ਸਟਾਰਟਿੰਗ ਦੇ ਵਿੱਚ ਵੀ ਕਹਿ ਦਿੱਤਾ, ਤੁਹਾਡੇ ਨਾਲ ਕਿੰਨੀਆਂ ਕਿਹ ਸ਼ਰਾਰਤਾਂ ਕਰਦੀ ਹੈ? ਬਹੁਤ ਜੀ, ਬਹੁਤ। ਤੰਗ ਕਿੰਨਾ ਕਰਦੀ ਹੈ? ਹਿਸਾਬ ਲਾ ਲਓ ਕਿ ਜਿਵੇਂ ਮੇਰੀ ਬੇਟੀ ਹੈ 8 ਸਾਲ ਦੀ ਹੈ, ਹਾਂਜੀ, ਤੇ ਇਹ ਵੀ ਇਹਨਾਂ ਦੀ ਦੋਵਾਂ ਦੀ ਬਹੁਤ ਜੰਮਦੀ ਹੈ, ਜਿਵੇਂ ਉਹ ਪਿਆਰ ਕਰਦੀ ਮਜ਼ਾਕ ਕਰਦੀ ਹੈ ਸੇਮ, ਇਹ ਵੀ ਉਦਾਂ ਹੀ, ਵੀ ਕਦੀ ਫੀਲ ਨਹੀਂ ਹੋਇਆ ਕਿ ਇਹ ਮੇਰਾ ਸਟੂਡੈਂਟ ਹੈ ਕਿ ਬੱਚਾ ਹੈ, ਕਿਉਂਕਿ ਇਹ ਸਭ ਤੋਂ ਛੋਟੀ ਹੈ ਸਾਡੇ 8-10 ਮੁੰਡੇ ਜਿਹੜੀ ਯੂਨਿਟ ਸਾਡੀ ਸਟੂਡੈਂਟ ਜਿੰਨੇ ਵੀ ਹੈ ਉਹਨਾਂ ਦੇ ਵਿੱਚ ਸਭ ਤੋਂ ਛੋਟੀ ਹੈ, ਸਾਰਿਆਂ ਨਾਲ ਮਜ਼ਾਕ ਕਰਦੀ ਹੈ, ਪਿਆਰ ਲੈਂਦੀ ਉਹਨਾਂ ਕੋਲੋਂ, ਅਤੇ ਫਿਰ ਇਹਨੂੰ ਘਰ ਵੀ ਛੱਡ ਕੇ ਆਉਂਦੇ ਨੇ, ਕਦੀ ਉਹ ਛੱਡ ਕੇ ਆਉਂਦੇ ਮੁੰਡੇ, ਕਦੀ ਮੈਨੂੰ ਛੱਡ ਕੇ ਆਉਣਾ ਪੈਂਦਾ, ਵੀ ਉਹਨਾਂ ਦਾ ਵੀ ਬੜਾ ਵੱਡਾ ਰੋਲ ਹੈ, ਵੀ ਉਹ ਵੀ ਸਾਥ ਬਹੁਤ ਦਿੰਦੇ ਨੇ, ਜਿਹੜੀ ਚੀਜ਼ ਮੈਨੂੰ ਮੈਂ ਨਹੀਂ ਹੁੰਦਾ ਉਹ ਕਈ ਵਾਰ ਦੱਸ ਦਿੰਦੇ ਨੇ ਜੇ ਉਹਨਾਂ ਨੂੰ ਪਤਾ ਹੋਵੇ ਵੀ ਬੇਟੀ ਇਹ ਚੀਜ਼ ਇੱਦਾਂ ਨਹੀਂ ਇੱਦਾਂ ਵਾ। ਬਿਲਕੁਲ ਬਿਲਕੁਲ, ਅਤੇ ਨਾਜ਼ਦੀਪ ਤੁਹਾਨੂੰ ਫਿਰ ਤੁਹਾਡੇ ਉਸਤਾਦ ਜੀ ਕਿੰਨਾ ਕੁ ਡਾਂਟਦੇ ਆ? ਕਈ ਵਾਰ ਡਾਂਟ ਹੁੰਦੀ ਨਾ ਕਿ ਨਹੀਂ ਨਹੀਂ ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ? ਜਦੋਂ ਕੋਈ ਇੱਕ ਵਾਰ ਗਲਤ ਹੁੰਦਾ ਪੈ ਜਾਂਦੀ ਹੈ। ਕੀ ਪੈ ਜਾਂਦੀ? ਡਾਂਟ। ਤੇ ਫਿਰ ਰੁੱਸ ਜਾਂਦੇ ਹੁੰਦੇ ਕਿ ਨਹੀਂ? ਰੁੱਸਣਾ ਕਿਉਂ, ਜੇ ਡਾਂਟ ਪਊਗੀ ਤਾਂ ਆਪਾਂ ਨੂੰ ਆਊਗਾ, ਵਾਹ ਨਹੀਂ ਤਾਂ ਕਿੱਥੋਂ ਆਊਗਾ। ਬਿਲਕੁਲ ਬਿਲਕੁਲ ਬਿਲਕੁਲ, ਮੇਰੇ ਉਸਤਾਦ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ, ਕੁੱਟ ਖਾ ਜੇ ਕਿਸੇ ਨੂੰ ਕੁੱਟਣਾ ਹੀ, ਲੁੱਟਿਆ ਜਾ ਜੇ ਕਿਸੇ ਨੂੰ ਲੁੱਟਣਾ ਹੀ। ਵਾਹ ਵਾਹ ਵਾਹ, ਤੇ ਉਹ ਚੀਜ਼ ਅੱਜ ਮਹਿਸੂਸ ਹੁੰਦੀ ਹੈ, ਉਦੋਂ ਬਚਪਨੇ 'ਚ ਦੱਸਦੇ ਸੀਗੇ, ਸਮਝ ਨਹੀਂ ਸੀ ਲੱਗਦੀਆਂ, ਪਰ ਉਹ ਯਾਦ ਰਹਿੰਦੀਆਂ ਮੈਮਰੀ 'ਚ,
ਤੇ ਉਹ ਹੁਣ ਯਾਦ ਆਉਂਦੀਆਂ ਨੇ ਕਿ ਠੀਕ ਸੀਗੇ ਉਹ ਸਮਝਾਉਂਦੇ ਸੀ ਉਹ ਅੱਜ ਪਤਾ ਲੱਗਦਾ ਕਿ ਕੁੱਟ ਖਾ ਜੇ ਕਿਸੇ ਨੇ ਕੁੱਟਣਾ ਹੀ ਲੁੱਟਿਆ ਜਾ ਜੇ ਕਿਸੇ ਨੇ ਲੁੱਟਣਾ ਹੀ ਵੀ ਮੈਂ ਵੀ ਉਹ ਚੀਜ਼ਾਂ ਹੰਢਾ ਕੇ ਆਇਆ ਬਿਲਕੁਲ ਮੈਂ ਵੀ ਬਹੁਤ ਕੁੱਟ ਖਾਧੀ ਆਪਣੇ ਉਸਤਾਦ ਜੀ ਕੋਲ ਮੈਂ ਉਹਨਾਂ ਦੇ ਨਾਲ ਗਾਉਂਦਾ ਵੀ ਸੀਗਾ ਬੈਕ 'ਤੇ ਉਹਨਾਂ ਦੀ ਵਡਿਆਈ ਹੈ ਵੀ ਉਹਨਾਂ ਨੇ ਮੇਰੇ 'ਤੇ ਰਹਿਮਤ ਕੀਤੀ ਆ ਇਹ 'ਤੇ ਵੀ ਕੀਤੀ ਹੈ ਮੈਂ ਆਪਣੀ ਵਡਿਆਈ ਨਹੀਂ ਕਰ ਸਕਦਾ ਉਹਨਾਂ ਦੀ ਕਰ ਸਕਦਾ ਸਾਰੀ ਵੀ ਉਹਨਾਂ ਦੀ ਰਹਿਮਤ ਦੇ ਨਾਲ ਚਲੋ ਇਹਨੂੰ ਵੀ ਬੱਚੇ ਨੂੰ ਥੋੜ੍ਹਾ ਬਹੁਤਾ ਰਹਿਮਤ ਹੋ ਗਈ ਵੈਸੇ ਤਾਂ ਜਦੋਂ ਦੀ ਵੀਡੀਓ ਵਾਇਰਲ ਹੋਈ ਆ ਹਨਾ ਕਾਫੀ ਸਾਰੀਆਂ ਤੁਹਾਨੂੰ ਫੋਨ ਕਾਲਸ ਆਉਂਦੇ ਹੋਣੇ ਕੰਪਨੀਆਂ ਨੇ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਤੇ ਕਰਦੀਆਂ ਵੀ ਹੋਣੀਆਂ ਹਨਾ ਜੀ ਬਹੁਤ ਜੀ ਤੇ ਖਾਨ ਸਾਹਿਬ ਦੇ ਨਾਲ ਕਿਵੇਂ ਕੰਟੈਕਟ ਹੋਇਆ ਤੁਹਾਡਾ ਐਕਚੁਅਲ ਖਾਨ ਸਾਹਿਬ ਦੇ ਜਿਹੜੇ ਭਾਜੀ ਨੇ ਹਿਮਾਂਸ਼ੂ ਮੇਰੇ ਮੁੰਡੇ ਸੀਗੇ ਉਹ ਕਹਿੰਦੇ ਵੀ ਭਾਜੀ ਨੇ ਵੀ ਪੋਸਟ ਪਾਈ ਆ ਤੇ ਸਿੰਘੇ ਭਾਜੀ ਨੇ ਵੀ ਪਾਈ ਆ ਤੇ ਤੁਸੀਂ ਕਿਹਦੇ ਕੋਲ ਕਰਾਉਣਾ ਕਿਉਂਕਿ ਕਾਫੀ ਮੈਨੂੰ 28-29-30 ਮਤਲਬ ਕੰਪਨੀਆਂ ਸੀਗੀਆਂ ਕਹਿੰਦੀਆਂ ਸਾਡੇ ਨਾਲ ਕਰੋ ਸਾਡੇ ਨਾਲ ਕਰੋ ਉਹ ਸਿਰਫ ਇੱਕ ਪੈਸੇ ਕਰਕੇ ਵੀ ਬੱਚਾ ਉਭਰਦਿਆਂ ਨੂੰ ਬਾਉਂਡ ਕਰੀਏ ਪੈਸੇ ਕਮਾਈਏ ਤੇ ਪਰ ਮੇਰੀ ਥੋੜ੍ਹੀ ਸੋਚ ਡਿਫਰੈਂਟ ਆ ਕਿ ਯਾਰ ਮੈਂ ਬੱਚੇ ਦੀ ਜ਼ਿੰਦਗੀ ਨਹੀਂ ਬਰਬਾਦ ਕਰਨੀ ਜੇ ਉਹ ਨਾ ਕਰਦੇ ਫਿਰ ਮੈਂ ਕਰ ਦੇਣਾ ਸੀ ਹਿੱਟ ਹੋਣ ਤੋਂ ਪਹਿਲਾਂ ਵੀ ਅਤੇ ਮੈਨੂੰ ਇਹ ਸੀਗਾ ਵੀ ਇਹ ਵਧੀਆ ਬੰਦੇ ਕੋਲ ਜਾਵੇ ਜੋ ਜਿਹੜਾ ਇਹਦੇ ਫਲੇਵਰ ਦਾ ਹੈ ਅਤੇ ਖਾਲਸਾ ਭਾਈ ਦੀ ਸ਼ੁਰੂ ਤੋਂ ਫੈਨ ਸੀਗੀ ਮੈਂ ਵੀ ਉਹਨਾਂ ਨੂੰ ਮੈਂ ਆਪ ਵੀ ਸੁਣਦਾ ਕਿਉਂਕਿ ਅੱਛੇ ਬੰਦੇ ਨੂੰ ਸੁਣਨ ਦਾ ਮਜ਼ਾ ਆਉਂਦਾ ਬਿਲਕੁਲ ਬਿਲਕੁਲ ਕਿਉਂਕਿ ਚੰਗਿਆਂ ਨੂੰ ਸੁਣੀਏ ਤਾਂ ਚੰਗੇ ਬਣੀਦਾ ਉਹ ਤਾਂ ਹੈ ਵੀ ਬਹੁਤ ਵਧੀਆ ਇਨਸਾਨ ਹੈ ਸਭ ਤੋਂ ਵੱਡੀ ਗੱਲ ਹੈ ਵੀ ਗੈਰੀ ਸੰਧੂ ਭਾਈ ਦੀ ਮੈਂ ਵੀਡੀਓ ਦੇਖ ਕੇ ਇੰਸਪਾਇਰ ਹੋਇਆ ਸੀਗਾ ਜਦੋਂ ਭਾਈ ਨੂੰ ਉਹਨਾਂ ਨੇ ਸਟੇਜ 'ਤੇ ਚੜ੍ਹਾਇਆ ਸੀਗਾ ਅਤੇ ਮੈਂ ਉਹ ਚੀਜ਼ ਦੇਖੀ ਕਿ ਯਾਰ ਗੈਰੀ ਭਾਈ ਨੇ ਇਹਨਾਂ ਦਾ ਸਾਥ ਦਿੱਤਾ ਸੀ ਅਤੇ ਖਾਨ ਸਾਹਿਬ ਭਾਈ ਵੀ ਇੰਨੇ ਰਹਿਮ ਦਿਲ ਨੇ ਵੀ ਉਹਨਾਂ ਨੇ ਉਹ ਚੀਜ਼ ਭੁੱਲੀ ਨਹੀਂ ਉਹ ਵੀ ਇੰਨਾ ਹੀ ਪਿਆਰ ਕਰਦੇ ਦੁਨੀਆ ਨਾਲ ਕਿ ਮੈਂ ਵੀ ਉਹ ਚੀਜ਼ ਹੰਢਾ ਕੇ ਆਇਆ ਬਿਲਕੁਲ ਬਿਲਕੁਲ ਅਤੇ ਉਹਨਾਂ ਦੀ ਨੇਕ ਦਿਲੀ ਨੂੰ ਸਲਾਮ ਕਰਦੇ ਆ ਮੈਨੂੰ ਉਹਨਾਂ ਕੋਈ ਪਹਿਲਾਂ ਖੜਿਆ ਕਿ ਇਹਨਾਂ ਦੇ ਫਲੇਵਰ ਦਾ ਬੰਦਾ ਬਿਲਕੁਲ ਅਤੇ ਖਾਨ ਭਾਈ ਦਾ ਵੀ ਮੈਂ ਸ਼ੁਕਰੀਆ ਕਰਦਾ ਕਿ ਉਹਨਾਂ ਬੱਚੇ ਦਾ ਸਾਥ ਦਿੱਤਾ ਅਤੇ ਗਾਣਾ ਉਹਨਾਂ ਨੇ ਜਿਹੜਾ ਕੀਤਾ ਵਾ ਉਹ ਉਹਨਾਂ ਨੇ ਆਪਣੇ ਲਈ ਚੂਜ਼ ਕੀਤਾ ਸੀ 2 ਸਾਲ ਹੋ ਗਏ ਵਿੱਕੀ ਸੰਧੂ ਭਾਈ ਦਾ ਗਾਣਾ ਵਾ ਜਿਨ੍ਹਾਂ ਨੇ ਜ਼ਿੰਦਗੀ ਤੇਰੇ ਨਾਲ ਗਾਇਆ ਅਤੇ ਉਹਨਾਂ ਨੇ ਆਪਣਾ ਗਾਣਾ ਇਹਨੂੰ ਦੇ ਦਿੱਤਾ ਬਹੁਤ ਵਧੀਆ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਵੀ ਆਪਣੇ ਲਈ ਚੀਜ਼ ਜਿਹੜੀ ਰੱਖੀ ਹੋਵੇ ਵੀ ਨਹੀਂ ਮੈਂ ਨਹੀਂ ਕਿਸੇ ਨੂੰ ਦੇਣੀ ਅਤੇ ਉਹ ਬੱਚੇ ਲਈ ਦੇਤੀ ਭਾਈ ਨੇ ਆਪ ਵੀ ਗਾਇਆ ਬਹੁਤ ਸੋਹਣਾ ਗਾਣਾ ਵਾ ਜਲਦੀ ਤੁਹਾਨੂੰ 10-15 ਦਿਨ ਚ ਆਡੀਓ ਸੁਣਨ ਨੂੰ ਮਿਲੇਗੀ ਤੇ ਵੀਡੀਓ ਸ਼ਾਇਦ ਉਹਦੀ ਬਾਰੀ ਕਰਨ ਭਾਜੀ ਖਾਨ ਸਾਹਿਬ ਸੋਲ ਤੋਂ ਪਿਆ ਵਾ ਆਏਗਾ ਉਹ ਵੈਸੇ ਖਾਨ ਸਾਹਿਬ ਹੋਰਾਂ ਦੀ ਵਡਿਆਈ ਆ ਕਿ ਉਹ ਨਾ ਮਤਲਬ ਕਿ ਜਿੱਥੇ ਟੈਲੈਂਟ ਦੇਖਦੇ ਆ ਕਿਤੇ ਵੀ ਉਹ ਸ਼ੋਅ ਲਾਉਣਗੇ ਆ ਰਸਤੇ 'ਚ ਦੇਖਦੇ ਆ ਅਤੇ ਉਹਨਾਂ ਨੂੰ ਪ੍ਰਮੋਟ ਜ਼ਰੂਰ ਕਰਦੇ ਆਪਣੀਆਂ ਵੀਡੀਓਜ਼ ਦੇ ਰਾਹੀਂ ਅਤੇ ਬਹੁਤ ਵਧੀਆ ਗੱਲ ਆ ਮੈਨੂੰ ਲੱਗਦਾ ਕਿ ਖਾਨ ਸਾਹਿਬ ਨੂੰ ਸਲਿਊਟ ਕਰਨਾ ਬਣਦਾ ਕਿ ਉਹਨਾਂ ਨੇ ਵਧੀਆ ਟੈਲੈਂਟ ਨੂੰ ਪ੍ਰਮੋਟ ਕੀਤਾ ਆ ਨਾਜ਼ਦੀਪ ਨੂੰ ਸਾਡੇ ਸਾਰਿਆਂ ਦੇ ਰੂਬਰੂ ਕਰਵਾਇਆ ਅਤੇ ਉਹਨਾਂ ਨੂੰ ਲਾਂਚ ਕਰਨ ਦਾ ਮਤਲਬ ਕਿ ਇਹ ਜਿਹੜੀ ਗੁੱਡ ਨਿਊਜ਼ ਆ ਸਾਰਿਆਂ ਤੱਕ ਪਹੁੰਚਾਈ ਆ ਨਾਜ਼ਦੀਪ ਨੂੰ ਵੈਸੇ ਕਿੱਦਾਂ ਦੇ ਗਾਣੇ ਸੁਣਨੇ ਅਤੇ ਗਾਉਣੇ ਪਸੰਦ ਆ ਜ਼ਿਆਦਾਤਰ ਕਿੱਦਾਂ ਦੀ ਗਾਇਕੀ ਨੂੰ ਪਸੰਦ ਕਰਦੇ ਹੋ ਤੁਸੀਂ ਮੈਂ ਜ਼ਿਆਦਾਤਰ ਜਿਸ ਤਰ੍ਹਾਂ ਦਾ ਮੇਰੇ ਉਸਤਾਦ ਜੀ ਗਾਉਂਦੇ ਨੇ ਮੈਨੂੰ ਉਸਤਾਦ ਦੀ ਗਾਇਕੀ ਪਸੰਦ ਹੈ ਤੇ ਹੁਣ ਫਿਰ ਕਿੱਦਾਂ ਦਾ ਸੁਣਾਓਗੇ ਗਾਣਾ ਕੋਈ ਕਿਸੇ ਵੀ ਕਲਾਕਾਰ ਦਾ ਜਿਹੜੇ ਤੁਸੀਂ ਬੋਲ ਜਾਣ ਦੀ ਤਾਂ ਜੀ ਆਉਣ ਦੋ ਫਿਰ ਤੂੰ ਤੇ ਮੇਰੀ ਅੱਖੀ ਆਉਂਦੀ ਨੀਂਦ ਚੁਰਾਈ ਵੇ ਬੇਈਮਾਨਾ ਵੇ ਬੇਈਮਾਨਾ ਮੈਂ ਜਾਈ ਤੂੰ ਤੇ ਮੇਰੀ ਅੱਖੀ ਆਉਂਦੀ ਨੀਂਦ ਚੁਰਾਈ ਤੂੰ ਤੇ ਮੇਰੀ ਅੱਖੀ ਆਉਂਦੀ ਨੀਂਦ ਚੁਰਾਈ ਕਿੱਥੇ ਨੇ ਉਹ ਸ਼ਾਮਾ ਕਿੱਥੇ ਗਏ ਉਹ ਸਵੇਰੇ ਪਲ ਵੀ ਨਹੀਂ ਲੰਘਦਾ ਸੀ ਤੇਰਾ ਬਿਨ ਮੇਰੇ ਵੇ ਅੱਜ ਮੈਨੂੰ ਤੱਕਦਾ ਏ ਹੁਣ ਮੈਨੂੰ ਤੱਕਦਾ ਏ ਜਿਵੇਂ ਮੈਂ ਪਰਾਈ ਤੂੰ ਤੇ ਮੇਰੀ ਅੱਖੀ ਆਉਂਦੀ ਨੀਂਦ ਚੁਰਾਈ ਤੂੰ ਤੇ ਮੇਰੀ ਅੱਖੀ ਆਉਂਦੀ ਨੀਂਦ ਚੁਰਾਈ ਬਹੁਤ ਹੀ ਖੂਬ ਵੈਸੇ ਨਾ ਇਸ ਵੇਲੇ ਤਾਂ ਨਾਜ਼ਦੀਪ ਨੇ ਸਾਰਿਆਂ ਦੇ ਅੱਖੀਆਂ ਦੀ ਨਾ ਨੀਂਦ ਚੁਰਾਈ ਹੋਈ ਇੰਨੀ ਸੋਹਣੀ ਆਵਾਜ਼ ਆ ਬਿਲਕੁਲ ਨਾ ਮਤਲਬ ਕਿ ਆਰਾਮ ਨਾਲ ਬੈਠੇ ਹੁੰਦੇ ਇੰਨੇ ਸੋਹਣੇ ਸੋਹਣੇ ਸੁਰ ਲਾ ਲੈਂਦੇ ਆ ਜਿਹੜੇ ਚੰਗੇ ਚੰਗੇ ਗਾਇਕ ਆ ਉਹਨਾਂ ਨੂੰ ਮਾਤ ਦਿੰਦੇ ਆ ਵੈਸੇ ਨਾ ਮੈਂ ਆਪ ਹੈਰਾਨ ਹੋ ਜਾਂਦਾ ਜੀ ਇੱਕ ਇਹਦਾ ਪਲੱਸ ਪੁਆਇੰਟ ਆ ਵੀ ਕਈ ਵਾਰੀ ਮੈਂ ਜਿਹੜੀਆਂ ਚੀਜ਼ਾਂ ਇੰਨੇ ਸਾਲਾਂ ਤੋਂ ਸਿੱਖੀਆਂ ਨੇ ਮਿਹਨਤ ਕਰਕੇ ਇਹ ਬੱਚਾ 5 ਮਿੰਟ 'ਚ ਲਾ ਜਾਂਦਾ ਇਹ ਕੁਦਰਤੀ ਰਹਿਮਤ ਹੈ ਮੇਰੇ ਸੁਰ ਬੜੀ ਛੇਤੀ ਫੋਲੋ ਕਰਦਾ ਮੇਰਾ ਗਾਣਾ ਜਿਹੜਾ ਹੈਗਾ ਮੇਰੇ ਤੋਂ ਵੀ ਵਧੀਆ ਗਾ ਜਾਂਦਾ ਵਾਹ ਸਾਡਾ ਇੱਕ ਸੈਡ ਗਾਣਾ ਆ ਰਿਹਾ ਸੈਡ ਸੌਂਗ ਹੈ ਜੀਤ ਰਾਜ ਦਾ ਲਿਖਿਆ ਵਾ ਜੀ ਸਿਸਟਰ ਨੇ ਆਪਣੇ ਜੀਤ ਰਾਜ ਉਹਨਾਂ ਦਾ ਗਾਣਾ ਵਾ ਬਹੁਤ ਸੋਹਣਾ ਗਾਉਂਦੀ ਆ ਵੀ ਉਹ ਸਾਡਾ ਇਕੱਠਿਆਂ ਦਾ ਆ ਰਿਹਾ ਵਾਹ ਵਾਹ ਮੇਰੇ ਤੋਂ ਵੀ ਸੋਹਣਾ ਗਾ ਜਾਂਦੀ ਆ
ਬਹੁਤ ਵਧੀਆ ਗੱਲ ਹੈ ਨਾ, ਇਹ ਤਾਂ ਮਤਲਬ ਕਿ ਖੁਸ਼ੀ ਵਾਲੀ ਗੱਲ ਹੁੰਦੀ ਜਿਨ੍ਹਾਂ ਨੂੰ ਤੁਸੀਂ ਸਿਖਾ ਰਹੇ ਹੋ, ਤੁਹਾਡੇ ਤੋਂ ਵੀ ਅੱਗੇ ਜਾ ਰਹੇ ਹਨ। ਮੈਨੂੰ ਪ੍ਰਾਊਡ ਬੜਾ ਫੀਲ ਹੁੰਦਾ ਜੀ। ਵਾਹ, ਵੀ ਇੱਕ ਬੱਚੇ ਨੂੰ ਮਿਹਨਤ ਜਿਹੜੀ ਕਰਾਈ ਦੀ ਆ, ਉਸਤਾਦ ਨੂੰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਕੋਈ ਆ ਕੇ ਕਹਿੰਦਾ ਭਾਅ ਜੀ ਤੁਹਾਡਾ ਬੱਚਾ ਤਾਂ ਬਹੁਤ ਸੋਹਣਾ ਗਾਉਂਦਾ। ਬਿਲਕੁਲ, ਜਦੋਂ ਮੁਬਾਰਕਬਾਦ ਦਿੰਦਾ ਫਿਰ ਉਸਤਾਦ ਦਾ ਸੀਨਾ ਚੌੜਾ ਹੁੰਦਾ ਵੀ ਠੀਕ ਹੈ ਯਾਰ ਮਿਹਨਤ ਕਰਾਈ ਹੈ ਕੁਝ ਬਣਿਆ। ਬਿਲਕੁਲ ਬਿਲਕੁਲ। ਤਾਂ ਫਿਰ ਇੱਕ ਦੋਨਾਂ ਦੀ ਜੁਗਲਬੰਦੀ ਆਪਾਂ ਸੁਣ ਲਈਏ, ਕੋਈ ਕੋਈ ਜਿਹੜਾ ਤੁਸੀਂ ਮੇਲਿਆਂ ਤੇ ਸ਼ੋਅਸ ਤੇ ਗਾਉਂਦੇ ਹੋ ਕੁਝ ਵੀ ਥੋੜਾ ਜਿਹਾ? ਉਹੀ ਸੁਣਾਉਣੇ ਜੀ। ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਈ, ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਈ, ਚੀਰੇ ਵਾਲਿਆ ਚੀਰੇ ਵਾਲਿਆ ਵੇਖਦਾ ਈ ਵੇ ਮੇਰਾ ਲੌਂਗ ਵਾਚਾ, ਨਿਗਾਹ ਮਾਰਦਾ ਈ ਵੇ ਮੇਰਾ ਲੌਂਗ ਵਾਚਾ। ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਈ, ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਈ, ਚੀਰੇ ਵਾਲਿਆ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਵਾਚਾ, ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ। ਦਿਲ ਦੀਆਂ ਭੈਣੀਆਂ ਕਿ ਮਾਰਦਾ ਤੁਹਾਨੂੰ ਵੇ, ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਰੋਟੀ ਦੇ ਬਹਾਨੇ ਵੇ, ਰੋਟੀ ਦੇ ਬਹਾਨੇ ਵੇ, ਰੋਟੀ ਦੇ ਬਹਾਨੇ ਵੇ। ਨਿਗਾਹ ਮਾਰਦਾ ਈ ਵੇ ਮੇਰਾ ਲੌਂਗ ਵਾਚਾ, ਨਿਗਾਹ ਮਾਰਦਾ ਈ ਵੇ ਮੇਰਾ ਲੌਂਗ ਵਾਚਾ, ਨਿਗਾਹ ਮਾਰਦਾ ਈ ਵੇ ਮੇਰਾ ਲੌਂਗ ਵਾਚਾ। ਵੈਸੇ ਤਾਂ ਦਿਲ ਕਰਦਾ ਨਾ ਇਹਨਾਂ ਨੂੰ ਸੁਣੀ ਜਾਈਏ, ਇੱਕ ਤਾਂ ਨਾਜ਼ਦੀਪ ਦੀ ਆਵਾਜ਼ ਬਹੁਤ ਹੀ ਸੋਹਣੀ, ਹਰ ਇੱਕ ਦੇ ਦਿਲ ਨੂੰ ਟੁੰਬਦੀ ਆ, ਅਤੇ ਮਤਲਬ ਕਿ ਹੁਣ ਤਾਂ ਬੈਕ ਟੂ ਬੈਕ ਗਾਣੇ ਵੀ ਨਾਜ਼ਦੀਪ ਦੇ ਆਉਣੇ ਆ ਪੰਜਾਬੀ ਇੰਡਸਟਰੀ ਦੇ ਵਿੱਚ, ਸ਼ੁਰੂਆਤ ਹੋ ਰਹੀ ਆ ਜੀ ਖਾਨ ਸਾਹਿਬ ਹੋਰਾਂ ਤੋਂ, ਉਹ ਇਹਨਾਂ ਨੂੰ ਲਾਂਚ ਕਰ ਰਿਹਾ, ਅਤੇ ਜਲਦੀ ਉਹ ਗਾਣਾ ਰਿਲੀਜ਼ ਹੋ ਜਾਣਾ ਆ ਫਿਰ, ਹੈ ਨਾ, ਉਡੀਕ ਸਾਰਿਆਂ ਦੀ ਜਿਹੜੀ ਉਹ ਖਤਮ ਕਰ ਦੇਣੀ ਆ। ਅਤੇ ਚਲੋ ਫਿਰ, ਵੈਸੇ ਨਾ ਜਿਹੜੇ ਦਰਸ਼ਕ ਇਸ ਵੇਲੇ ਤੁਹਾਨੂੰ ਦੇਖ ਰਹੇ, ਵੈਸੇ ਤਾਂ ਤੁਹਾਡੇ ਤੱਕ ਬਹੁਤ ਸਾਰੇ ਮੈਸੇਜ ਫੋਨ ਤਾਂ ਆਉਂਦੇ ਹੀ ਆ, ਫਿਰ ਵੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇੱਕ ਤਾਂ ਮੇਰੇ ਗੁਰੂ ਜੀ ਵਾਸਤੇ ਸਾਰੇ ਬਹੁਤ ਕਰੋ ਕਿ ਇਹਨਾਂ ਦੀ ਵੀਡੀਓ ਨੂੰ ਬਹੁਤ ਸ਼ੇਅਰ ਕਰੋ, ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਸ਼ੇਅਰ ਕਰੋ, ਕਿਉਂਕਿ ਇਹਨਾਂ ਨੇ ਮੈਨੂੰ ਇਹ ਮੁਕਾਮ 'ਤੇ ਪਹੁੰਚਾਇਆ ਵਾ, ਜੇ ਇਹ ਨਾ ਹੁੰਦੇ ਤਾਂ ਫਿਰ ਮੈਂ ਕਿੱਥੇ ਹੋਣਾ ਸੀ। ਇਹਨਾਂ ਤੋਂ ਮੈਂ ਹੀ ਇਹਨਾਂ ਦੇ ਗਾਣੇ ਸੁਣੇ, ਇੰਨਾ ਇਹ ਵੀ ਮੇਰੇ ਤੋਂ ਵਧੀਆ ਗਾਉਂਦੇ ਨੇ, ਅਤੇ ਮੈਂ ਚਾਹੁੰਦੀ ਹਾਂ ਕਿ ਇਹਨਾਂ ਨੂੰ ਜ਼ਿਆਦਾ ਸ਼ੇਅਰ ਕਰੋ, ਮੈਨੂੰ ਤਾਂ ਚਲੋ ਘੱਟ ਹੀ ਕਰ ਦਿਓ ਤੁਸੀਂ, ਇਹਨਾਂ ਦੀ ਵਜ੍ਹਾ ਨਾਲ ਮੈਂ ਇੱਥੇ ਪਹੁੰਚੀ ਹਾਂ। ਜੇ ਤੁਸੀਂ ਮੈਨੂੰ ਕਹਿਣਾ ਤਾਂ ਮੈਨੂੰ ਵੀ ਕਰ ਸਕਦੇ ਜੀ, ਤੁਹਾਡਾ ਕੀ ਕਹਿਣਾ ਫਿਰ ਦਰਸ਼ਕਾਂ ਨੂੰ? ਮੇਰੀ ਤਾਂ ਇਹੋ ਚੋਇਸ ਆ ਜੀ, ਦੇਖੋ ਉਸਤਾਦ ਤਾਂ ਜਿੱਥੇ ਹੁੰਦਾ ਹੁੰਦਾ ਹੀ ਆ, ਅਸੀਂ ਤਾਂ ਆਪਣੇ ਬੱਚੇ ਦੀ ਖੈਰ ਮਨਾਵਾਂਗੇ। ਤੁਸੀਂ ਜਿੰਨਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਮੈਂ ਰਿਣੀ ਰਹਾਂਗਾ, ਧੰਨਵਾਦੀ ਹਾਂ। ਜੇ ਇਸ ਇਕੱਲੇ ਇਕੱਲੇ ਇਨਸਾਨ ਨੇ, ਮੇਰੇ ਤੋਂ ਛੋਟੇ ਨੇ, ਮੇਰੇ ਤੋਂ ਵੱਡੇ ਨੇ, ਮੇਰੀ ਭੈਣ ਨੇ, ਮੇਰੇ ਭਰਾ ਨੇ, ਜਿਹਨੇ ਵੀ ਸ਼ੇਅਰ ਕੀਤਾ, ਉਹਨੂੰ ਮੈਂ ਸਲਾਮ ਕਰਦਾ, ਦਿਲੋਂ ਧੰਨਵਾਦੀ ਹਾਂ, ਉਹਨੂੰ ਮੈਂ ਪਿਆਰ ਕਰਦਾ। ਕਿਉਂਕਿ ਜੇ ਤੁਸੀਂ ਲੋਕ ਸ਼ੇਅਰ ਨਾ ਕਰਦੇ, ਕਿਉਂਕਿ ਇੱਕ ਬੰਦਾ ਵੀ ਸ਼ੇਅਰ ਕਰਦਾ ਤਾਂ ਸਾਡੇ 10-20 ਫੋਲੋਵਰ ਵੱਧਦੇ ਨੇ। ਜਿੰਨੇ ਵੀ ਜਾਣਿਆਂ ਨੇ ਸ਼ੇਅਰ ਕੀਤਾ, ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ, ਅਦਾਬ ਕਹਿੰਦਾ, ਮੱਥਾ ਟੇਕਦਾ ਉਹਨਾਂ ਨੂੰ ਸਾਰਿਆਂ ਨੂੰ, ਕਿਉਂਕਿ ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਵੀ ਸ਼ਾਇਦ ਇੱਥੇ ਨਾ ਹੁੰਦੇ। ਬਿਲਕੁਲ ਬਿਲਕੁਲ। ਕਿਉਂਕਿ ਤੁਸੀਂ ਸਰੋਤੇ ਹੀ ਸਾਡੇ ਰੱਬ ਹੋ, ਜਿਹਨਾਂ ਨੇ ਸਾਨੂੰ ਇਸ ਮੁਕਾਮ 'ਤੇ ਪਹੁੰਚਾਇਆ, ਤੁਹਾਡੇ ਰਿਣੀ ਅਸੀਂ ਸਾਰੀ ਉਮਰ ਲਈ। ਅਤੇ ਕਵਲ ਜੀ ਤੁਹਾਡਾ ਵੀ ਅਸੀਂ ਥੈਂਕਸ ਕਰਦੇ ਹਾਂ ਕਿ ਇੰਨਾ ਵਧੀਆ ਟੈਲੈਂਟ ਤੁਸੀਂ ਲੈ ਕੇ ਆਏ ਹੋ, ਇੱਥੋਂ ਤੱਕ ਪਹੁੰਚੇ ਹੋ, ਅਤੇ ਅਸੀਂ ਸਾਰੇ ਦੁਆਵਾਂ ਕਰਦੇ ਹਾਂ ਕਿ ਬਹੁਤ ਦੂਰ ਤੱਕ ਨਾਜ਼ਦੀਪ ਜਾਵੇ, ਅਤੇ ਨਾਲ ਉਹਨਾਂ ਦੇ ਕਵਲ ਹੋਰੀ ਜਾਣ, ਅਤੇ ਇੱਦਾਂ ਦੇ ਸੋਹਣੇ ਸੋਹਣੇ ਗਾਣੇ ਜਿਹੜੇ ਆ ਇਹ ਰਿਲੀਜ਼ ਕਰਦੇ ਨੇ। ਵੈਸੇ ਤਾਂ ਕਵਲ ਹੋਰਾਂ ਦਾ ਵੀ ਥੈਂਕਸ ਕਰਨਾ ਬਣਦਾ ਕਿ ਇੰਨਾ ਸੋਹਣਾ ਟੈਲੈਂਟ ਉਹ ਲੈ ਕੇ ਆਇਆ ਪੰਜਾਬੀ ਇੰਡਸਟਰੀ ਦੇ ਵਿੱਚ। ਆਹ ਗੱਲਾਂ ਬਾਤਾਂ ਇੱਥੇ ਖਤਮ ਨਹੀਂ ਹੋਈਆਂ, ਗੱਲਾਂ ਬਾਤਾਂ ਬਹੁਤ ਹੀ ਹੈਗੀਆਂ ਆ, ਸਮੇਂ ਦੇ ਨਾਲ ਚੱਲਣਾ ਪੈਣਾ, ਨਾਜ਼ਦੀਪ ਹੋਰਾਂ ਦੇ ਬਹੁਤ ਸਾਰੇ ਗਾਣੇ ਵੀ ਆਉਣੇ ਆ, ਹਰ ਗਾਣੇ 'ਤੇ ਅਸੀਂ ਨਾ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀ ਆ ਅਤੇ ਇੰਟਰਵਿਊ ਕਰਨੀ ਆ, ਅਤੇ ਹਰ ਵਾਰੀ ਇਹਨਾਂ ਨੇ ਸਾਡੇ ਕੋਲ ਨਹੀਂ ਆਉਣਾ, ਅਸੀਂ ਵੀ ਇਹਨਾਂ ਦੇ ਕੋਲ ਜਾਣਾ, ਹੈ ਨਾ ਨਾਜ਼ਦੀਪ? ਅਤੇ ਵੈਸੇ ਤੁਸੀਂ ਇੰਨਾ ਕੀਮਤੀ ਟਾਈਮ ਕੱਢਿਆ, ਬਹੁਤ ਬਿਜ਼ੀ ਸ਼ਡਿਊਲ ਹੋ ਗਿਆ ਹੁਣ ਤਾਂ ਤੁਹਾਡਾ, ਇੱਥੇ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਦੋਸਤੋ, ਅਗਲੀ ਵਾਰੀ ਫਿਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੇ ਪੰਜਾਬੀ ਇੰਡਸਟਰੀ, ਬਾਲੀਵੁੱਡ ਇੰਡਸਟਰੀ ਦੀਆਂ ਗੱਲਾਂ ਬਾਤਾਂ ਲੈ ਕੇ ਤੁਹਾਡੇ ਰੂਬਰੂ ਹੋ ਜਾਊਂਗੀ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।